ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਸਵੇਰ ਵੇਲੇ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਕਿਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕਵੈਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਪੀਐਮ ਮੋਦੀ ਨੇ ਕਰੋਨਾ ਵਾਇਰਸ ਵਿਰੁੱਧ ਲੜਾਈ 'ਚ ਨਰਸਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਨੂੰ ਸਿਹਤਮੰਦ ਰੱਖਣ 'ਚ ਨਰਸਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਰੋਨਾ ਵਾਇਰਸ ਵਿਰੁੱਧ ਲੜਾਈ 'ਚ ਉਹਨਾਂ ਦੇ ਮਹੱਤਵਪੂਰਨ ਕੰਮਾਂ ਦੇ ਪ੍ਰਤੀ ਦੇਸ਼ ਅਭਾਰੀ ਰਹੇਗਾ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਪ੍ਰਧਾਨ ਮੰਤਰੀ ਆਪਣੇ ਟਵੀਟ 'ਚ ਕਿਹਾ ਅੰਤਰਰਾਸ਼ਟਰੀ ਨਰਸ ਦਿਵਸ ਸਾਡੀ ਧਰਤੀ ਨੂੰ ਸਿਹਤਮੰਦ ਬਣਾਏ ਰੱਖਣ ਦੇ ਲਈ ਦਿਨ ਰਾਤ ਕੰਮ ਕਰਨ ਵਾਲੀਆਂ ਸਾਡੀਆਂ ਨਰਸਾਂ ਦੇ ਪ੍ਰਤੀ ਆਪ ਭਾਰ ਜ਼ਾਹਰ ਕਰਨ ਦੀ ਇੱਕ ਵਿਸ਼ੇਸ਼ ਦਿਵਸ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਨਰਸ ਕੋਵਿਡ-19 ਨੂੰ ਹਰਾਉਣ ਦੇ ਵਿੱਚ ਆਪਣਾ ਮਹੱਤਵਪੂਰਨ ਕੰਮ ਕਰ ਰਹੀਆਂ ਹਨ ਸੋ ਕਰੋਨਾ ਦੇ ਨਾਲ ਜੰਗ ਲਈ ਕੇਂਦਰ ਨੇ ਸੂਬਿਆਂ ਨੂੰ ਦਿੱਤੇ 6195 ਕਰੋੜ ਪੰਜਾਬ ਨੂੰ ਮੋੜ ਮਿਲੀ 62825 ਲੱਖ ਰੁਪਏ ਦੀ ਵਿੱਤੀ ਮਦਦ ਕੇਂਦਰ ਸਰਕਾਰ ਨੇ ਕੋਵਿਡ-19 ਦੀ ਮਹਾਮਾਰੀ ਦੇ ਨਾਲ ਨਜਿੱਠਣ ਦੇ ਲਈ ਰਾਜਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ ਜੀ ਵਿੱਤ ਮੰਤਰਾਲੇ ਨੇ ਸੋਮਵਾਰ ਦੇਰ ਰਾਤ 14 ਰਾਜਾਂ ਨੂੰ مالیਆ ਘਾਟੇ ਦੀ ਗ੍ਰਾਂਟ ਦੇ ਵਜੋਂ 6195 ਕਰੋੜ ਰੁਪਏ ਜਾਰੀ ਕੀਤੇ ਹਨ ਧਿਆਨਯੋਗ ਹੈ ਕਿ ਵਿੱਤ ਮੰਤਰਾਲੇ ਨੇ ਸਰੋਤਾਂ ਨੂੰ ਵਧਾਉਣ ਦੇ ਲਈ ਵਿੱਤੀ ਸਹਾਇਤਾ ਦੇ ਲਈ ਇਹ ਰਾਚੀ ਕਰੋਨਾ ਦੇ ਰਾਜਾਂ ਨੂੰ ਜਾਰੀ ਕੀਤੀ ਹੈ ਤੇ ਵਿੱਤ ਮੰਤਰਾਲੇ ਤੇ ਵਿੱਤ ਮੰਤਰੀ ਸੀ ਨਿਰਮਲਾ ਸੀਤਾਰਮਨ ਦੇ ਦਫ਼ਤਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਤੇ ਦਿੱਤੀ ਗਈ ਜਾਣਕਾਰੀ ਦੇ ਵਿੱਚ ਮੰਤਰੀ ਦੇ ਦਫ਼ਤਰ ਨੇ ਕਿਹਾ ਹੈ ਕਿ 11 ਮਈ 2020 ਨੂੰ ਸਰਕਾਰ ਨੇ 14 ਰਾਜਾਂ ਨੂੰ ਦੂਜੀ ਸ਼੍ਰੇਣੀ ਦੇ ਵੱਜੋਂ مالیੇ ਘਾਟੇ ਦੀ ਗ੍ਰਾਂਟ ਦੇ ਵੱਜੋਂ 6195 ਕਰੋੜ ਰੁਪਏ ਜਾਰੀ ਕੀਤੇ ਹਨ ਸੋ ਮਹੱਤਵਪੂਰਨ ਗੱਲ ਇਹ ਆ ਕਿ ਇਹ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਿਸ਼ ਦੇ ਅਨੁਸਾਰ ਆ ਤੇ ਇਸ ਦੇ ਵਿੱਚ ਪੰਜਾਬ ਨੂੰ ਜਿਹੜਾ 62825 ਲੱਖ ਰੁਪਏ ਦੀ ਵਿੱਤੀ ਮਦਦ ਮਿਲੀ ਆ ਜੀ ਸੋ ਜੇਕਰ ਸਰੋਤੇ ਵੀਰਾਂ ਦੇ ਤੱਕ ਸੁਣਨ ਵਾਲੇ ਵੀਰਾਂ ਦੇ ਤੱਕ ਜੇ ਪਿਛੜੀ ਵੀ ਮਿੱਟੀ ਬੰਦ ਤੁਹਾਡੇ ਤੱਕ ਪਹੁੰਚੀ ਆ ਸਰਕਾਰ ਦੇ ਵੱਲੋਂ ਸੂਬਾ ਸਰਕਾਰ ਦੇ ਵੱਲੋਂ ਜਾਂ ਸੈਂਟਰ ਸਰਕਾਰ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਵਿੱਤੀ ਸਹਾਇਤਾ ਜਿਹੜੀ ਐਡੀ ਵੱਡੀ ਰਾਸ਼ੀ ਦੱਸ ਰਹੇ ਨੇ ਕਿ ਪੰਜਾਬ ਦੇ ਲਈ ਦੁਬਾਰਾ ਰਿਲੀਜ਼ ਕੀਤੀ ਗਈ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਜੇ ਤੁਹਾਨੂੰ ਮਿਲੀ ਹੋਵੇ ਰਾਸ਼ੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਜੇ ਨਹੀਂ ਮਿਲੀ ਤਾਂ ਵੀ ਲਿਖੋ ਪੀ ਆਰਟੀਸੀ ਸਟਾਫ ਨੇ ਤੋੜਿਆ ਇਕਾਂਤਵਾਸ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਹੰਗਾਮਾ ਸ਼੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਏ ਪੀ ਆਰਟੀਸੀ ਦੇ ਸਟਾਫ ਦੇ ਸਮੇਤ ਕਈ ਸ਼ਰਧਾਲੂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇਕਾਂਤਵਾਸ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਕੁਝ ਡਰਾਈਵਰ ਅਤੇ ਕੰਡਕਟਰਾਂ ਦੇ ਵੱਲੋਂ ਇਕਾਂਤਵਾਸ ਕੇਂਦਰ ਤੋਂ ਬਾਹਰ ਆ ਕੇ ਪ੍ਰਸ਼ਾਸਨ ਖਿਲਾਫ ਰੋਸ ਵਰਖਾਵੇ ਕੀਤੇ ਗਏ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਇੱਥੇ ਰਹਿਣ ਅਤੇ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆ ਰਹੀ ਪਰ ਕਈ ਦਿਨਾਂ ਤੋਂ ਉਹਨਾਂ ਨੂੰ ਘਰ ਜਾਣ ਸੰਬੰਧੀ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਜਿਸ ਕਰਕੇ ਉਹ ਬੇਚੈਨੀ ਮਹਿਸੂਸ ਕਰ ਰਹੇ ਹਨ ਸੋ ਕਰੋਨਾ ਦੌਰਾਨ ਡਿਊਟੀ ਕਰ ਰਹੇ ਸਿਹਤ ਕਰਮੀਆਂ ਦੇ ਨਾਲ ਵੱਧ ਸਲੂਕੀ ਕਰਨ ਵਾਲੇ ਦੋਸ਼ ਇਨਸਾਫ ਦੀ ਮੰਗ ਸੋ ਕਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਸੇਵਾਵਾਂ ਦੇ ਰਹੇ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਹਲਕਾ ਸ਼ੁਤਰਾਨਾ ਦੇ ਪਿੰਡ ਕਰੀਮਨਗਰ ਚਿੱਚੜਵਾਲ ਵਿਖੇ ਕੁਝ ਲੋਕਾਂ ਦੇ ਵੱਲੋਂ ਕਥਿਤ ਦੁਰਵਿਹਾਰ ਕਰਨ ਦੇ ਵਿਭਾਗੀ ਕਰਮਚਾਰੀਆਂ ਤੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਐਮ ਮਨਮ ਮਨਦੀਪ ਦੇਵੀ ਸਰਪੰਚ ਕੁਲਵੰਤ ਸਿੰਘ ਤੇ ଅਤੇਹਾਜਾ ਵਰਕਰਾਂ ਨੇ ਕਿਹਾ ਕਿ ਬਾਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਇੱਕ ਰਾਂ ਦੇ ਵਿੱਚ ਇਕਾਂਤ ਵਾਸ ਕੀਤਾ ਜਾਂਦਾ ਪਰ ਬੀਤੇ ਦਿਨ ਪਿੰਡ ਚ ਆਏ ਦਰਜਨਾ ਦੇ ਕਰੀਬ ਲੋਕਾਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਘਰ ਦੇ ਵਿੱਚ ਲਾਏ ਗਏ ਇਕਾਂਤ ਵਾਸ ਦੇ ਪੋਸਟਰ ਦੇ ਸਬੰਧੀ ਉਹਨਾਂ ਦੇ ਨਾਲ ਬਹਿਸਬਾਜੀ ਅਤੇ ਵੱਧ ਸਲੂਕੀ ਕੀਤੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੋਰੋਨਾ ਦੇ ਨਾਲ ਲੜ ਰਹੇ ਡਾਕਟਰਾਂ ਨੂੰ ਪੀਐਮ ਮੋਦੀ ਨੇ ਲਿਖਿਆ ਪੱਤਰ ਸੋ ਨਹੀਂ ਮਿਲੀ 3 ਮਹੀਨਿਆਂ ਦੀ ਤਨਖਾਹ ਸੋ ਮੋਦੀ ਸਾਹਿਬ ਨੂੰ ਹੁਣ ਪੱਤਰ ਲਿਖਿਆ ਹੈ ਜੀ ਉੱਤਰੀ ਦਿੱਲੀ ਨਗਰ ਨਿਗਮ ਦੇ ਤਹਿਤ ਆਉਣ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੇ ਇੱਕ ਸੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਇਸ ਦੇ ਵਿੱਚ ਡਾਕਟਰਾਂ ਨੇ ਕਿਹਾ ਕਿ ਉਹ ਉੱਤਰੀ ਦਿੱਲੀ ਨਗਰ ਨਿਗਮ ਦੇ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਪਿਛਲੇ 3 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਇਸ ਦੇ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਿਊਸਪਲ ਕਾਰਪੋਰੇਸ਼ਨ ਡਾਕਟਰ ਐਸੋਸੀਏਸ਼ਨ ਨੇ ਪਿਛਲੇ ਹਫਤੇ ਈਮੇਲ ਤੋਂ ਇਹ ਪੱਤਰ ਭੇਜਿਆ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 3500 ਤੋਂ ਅਧਿਕ ਕੇਸ ਦਰਜ ਕੁੱਲ ਗਿਣਤੀ ਹੋਈ 70000 ਤੋਂ ਪਾਰ ਸੋ ਦੇਸ਼ ਦੀ ਵੱਡੀ ਖਬਰ ਆ ਰਹੀ ਹੈ ਜੀ ਕੋਵਿਡ-19 ਦੀ ਅਪਡੇਟ ਸੋ ਵੱਖ-ਵੱਖ ਸੂਬਿਆਂ ਦੇ ਵਿੱਚ कोरोना वायरस ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ 3500 ਤੋਂ ਜ਼ਿਆਦਾ ਦਰਜ ਹੋਈ ਹੈ ਜੀ 3500 ਤੋਂ ਉੱਪਰ ਸੋ ਇਸ ਦੇ ਵਿੱਚ ਹੀ 87 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਉਧਰ ਸਿਹਤ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਦੇਸ਼ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਕੁੱਲ ਗਿਣਤੀ 70752 ਪਹੁੰਚ ਚੁੱਕੀ 2293 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜੀ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਸਭ ਤੋਂ ਪ੍ਰਭਾਵਿਤ ਸੂਬਾ ਮਹਾਰਾਸ਼ਟra ਜਿੱਥੇ 868 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 23401 ਮਾਮਲੇ ਹਨ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਸੁਖਬੀਰ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਵਿੱਚੋਂ 4 ਟਰਾਲੇ ਕਣਕ ਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰਾਂ ਦੇ ਲਈ ਕੀਤੇ ਗਏ ਰਵਾਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਲੰਬੀ ਹਲਕੇ ਦੇ ਵਿੱਚੋਂ 4 ਟਰਾਲੇ ਕਣਕ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਲੰਗਰਾਂ ਦੇ ਲਈ ਰਵਾਨਾ ਕੀਤੀ ਗਈ ਹੈ ਜੀ ਇਸ ਮੌਕੇ ਗਰੰਥੀ ਸਿੰਘ ਦੇ ਵੱਲੋਂ ਅਰਦਾਸ ਕਰਨ ਦੇ ਉਪਰੰਤ ਲੰਗਰ ਦੇ ਲਈ ਕਣਕ ਲੈ ਜਾਣ ਵਾਲੇ 4 ਵੱਡੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ ਉਸ ਤੋਂ ਬਾਅਦ ਜੀ ਰਾਜਾਂ ਨੂੰ ਅਧਿਕਾਰ ਦੇਣ ਦੇ ਪੱਖ ਤੋਂ ਪੀਐਮਓ ਲਾਕਡਾਊਨ ਨੂੰ ਰਾਜ ਆਪਣੇ ਹਿਸਾਬ ਦੇ ਨਾਲ ਲੈ ਸਕਣਗੇ ਫੈਸਲੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਰਾਜ ਸਰਕਾਰਾਂ ਲਾਕਡਾਊਨ ਨੂੰ ਲੈ ਕੇ ਆਪਣੇ ਹਿਸਾਬ ਦੇ ਨਾਲ ਫੈਸਲੇ ਲੈ ਸਕਣਗੀਆਂ ਪ੍ਰਧਾਨ ਮੰਤਰੀ ਮੰਤਰਾਲਾ ਇਸ ਸਬੰਧ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਹਨ ਤੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੇ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੀ ਉਧਰ ਇਸ ਦੇ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋ ਸਕਕੇ ਉਹ 15 ਮਈ ਤੱਕ ਆਪਣੇ ਸੁਝਾਅ ਦੇ ਸਕਦੇ ਹਨ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਅਟਲ ਪੈਨਸ਼ਨ ਯੋਜਨਾ ਦੇ ਨਾਲ 5 ਸਾਲਾਂ ਚੋਂ ਜੁੜੇ 2.23 ਕਰੋੜ ਲੋਕ ਸੋ ਇਸ ਯੋਜਨਾ ਦੇ ਨਾਲ ਜੁੜੀ ਹਰੇਕ ਕਾਣੀ ਅਸੀਂ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਜੀ ਸਰਕਾਰ ਦੀ ਸਮਾਜਿਕ ਸੁਰੱਖਿਆ ਦੇ ਨਾਲ ਜੁੜੀ ਅਟਲ ਪੈਨਸ਼ਨ ਯੋਜਨਾ ਨੂੰ ਲਾਗੂ ਹੋਇਆ 5 ਸਾਲ ਹੋ ਗਏ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੇ 9 ਮਈ 2015 ਨੂੰ ਇਸ ਦੀ ਸ਼ੁਰੂਆਤ ਕੀਤੀ ਸੀ ਇਸ ਯੋਜਨਾ ਦੇ ਵਿੱਚ ਨਿਵੇਸ਼ ਕਰਨ ਤੇ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਮਹੀਨੇਵਾਰ ਪੈਨਸ਼ਨ ਮਿਲਦੀ ਹੈ ਤੇ ਇਸ ਯੋਜਨਾ ਨੂੰ ਪੈਨਸ਼ਨ ਫੰਡ ਰੈਗੂਲੈਰਿਟੀ ਐਂਡ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਸੋ ਇਸ ਯੋਜਨਾ ਦੇ ਵਿੱਚ ਖਾਸ ਕੀ ਹੈ ਜੀ ਜੇਕਰ 18 ਸਾਲ ਤੋਂ 40 ਸਾਲ ਦੀ ਉਮਰ ਤੱਕ ਦਾ ਕੋਈ ਵੀ ਵਿਅਕਤੀ ਜਿਸ ਦਾ ਬੈਂਕ ਅਕਾਊਂਟ ਹੈ ਉਹ ਇਸ ਯੋਜਨਾ ਦੇ ਨਾਲ ਜੁੜ ਸਕਦਾ ਜੀ ਇਸ ਦੇ ਤਹਿਤ ਸਬਸਕ੍ਰਾਈਬਰ ਦੇ 60 ਸਾਲ ਹੋਣ ਤੋਂ ਬਾਅਦ ₹1000 ਤੋਂ ਲੈ ਕੇ ₹5000 ਤੱਕ ਦੀ ਗਰੰਟਡ ਪੈਨਸ਼ਨ ਹਰ ਮਹੀਨੇ ਮਿਲਦੀ ਹੈ ਸੋ ਦੋਸਤੋ ਇਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੀਐਮ ਮੋਦੀ ਨੇ ਵੀ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕਰ ਦਿੱਤਾ ਜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੋ ਮੋਟੀਵੇਸ਼ਨ ਦਾ ਜਿਹੜਾ ਕੰਮ ਕਰਦਾ ਹੈ ਤੁਹਾਡੇ ਦੁਆਰਾ ਇੱਕ ਲਾਈਕ ਦਾ ਬਟਨ ਨੱਪਣ ਤੇ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਇੱਕਵੀਂ ਸਦੀ ਦੇ ਜੇ ਭਾਰਤ ਦੀ ਬਣਾਉਣੀ ਹੈ ਤਾਂ ਭਾਰਤ ਨੂੰ ਆਤਮ ਨਿਰਪਰ ਬੰਨਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਸੌ ਵਾਰ ਨੂੰ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਲਾਕਡਾਊਨ 4 ਦੇ ਬਾਰੇ ਕੁਝ ਸੰਕੇਤ ਦਿੱਤੇ ਸਨ ਭਾਵ ਲਾਕਡਾਊਨ ਚੌਥਾ ਜਿਹੜਾ 17 ਮਈ ਤੋਂ ਬਾਅਦ ਸ਼ੁਰੂ ਹੋ ਸਕਦਾ ਸੋ ਰਾਤ ਹੋਈ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ ਉਸ ਦੇ ਵਿੱਚ ਕੁਝ ਮੁੱਖ ਗੱਲਾਂ ਹਨ ਜੀ ਉਹ ਤੁਹਾਡੇ ਨਾਲ ਆਪਾਂ ਜਰੂਰ ਸਾਂਝੀਆਂ ਕਰਾਂਗੇ ਤੇ ਜਿਹੜੀਆਂ ਰਾਤ ਦੇ ਭਾਸ਼ਣ ਦੀਆਂ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਉਹ ਇਸ ਪ੍ਰਕਾਰ ਨੇ ਜੀ ਮੁੱਖ ਗੱਲਾਂ 21ਵੀਂ ਸਦੀ ਦੇ ਭਾਰਤ ਦੀ ਹੋਵੇ ਇਹ ਸਾਡਾ ਸੁਪਨਾ ਹੈ ਨਹੀਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਰਤ ਨੂੰ ਆਤਮ ਨਿਰਭਰ ਬੰਨਾ ਪਵੇਗਾ ਇਹ ਆਪ ਦਾ ਭਾਰਤ ਦੇ ਲਈ ਸੰਕੇਤ ਹੈ ਸੰਦੇਸ਼ ਹੈ ਅਤੇ ਅਵਸਰ ਨੂੰ ਲੈ ਕੇ ਆਈ ਹੈ ਪਹਿਲਾਂ ਭਾਰਤ ਦੇ ਵਿੱਚ ਇੱਕ ਵੀ ਪੀਈ ਕਿੱਟ ਨਹੀਂ ਸੀ ਬਣਦੀ ਹੁਣ ਰੋਜ਼ 2 ਲੱਖ ਪੀਈ ਕਿੱਟਾਂ ਤੇ N95 ਮਾਸਕ ਬਣਾਏ ਜਾ ਰਹੇ ਹਨ ਅਸੀਂ ਆਪਦਾਨ ਨੂੰ ਅ fırsਰ ਦੇ ਵਿੱਚ ਬਦਲ ਦਿੱਤਾ ਭਾਰਤ ਦੇ ਵਿਕਾਸ ਤੇ ਵਿਸ਼ਵ ਦੇ ਵਿਕਾਸ ਸ਼ਾਮਿਲ ਹੈ ਜੀ ਭਾਰਤ ਦਾ ਪ੍ਰਭਾਵ ਵਿਸ਼ਵ ਤੇ ਪੈਂਦਾ ਟੀਵੀ ਹੋਵੇ ਪੋਲੀਓ ਹੋਵੇ ਭਾਰਤ ਦੇ ਅਭਿਮਾਨ ਦਾ ਫਰਕ ਦੁਨੀਆ ਤੇ ਪੈਂਦਾ ਇੰਟਰਨੈਸ਼ਨਲ ਯੋਗਾ ਦਿ ਦੀ ਸ਼ੁਰੂਆਤ ਭਾਰਤ ਦਾ ਵਿਸ਼ਵ ਨੂੰ ਤੋਹਫਾ ਹੈ ਭਾਰਤ ਦੀਆਂ ਦਵਾਈਆਂ ਦੁਨੀਆ ਭਰ ਦੇ ਵਿੱਚ ਜਾਂਦੀਆਂ ਹਨ ਦੁਨੀਆ ਨੂੰ ਵਿਸ਼ਵਾਸ ਹੋਣ ਲੱਗਾ ਕਿ ਭਾਰਤ ਬਹੁਤ ਕੁਝ ਚੰਗਾ ਕਰ ਸਕਦਾ ਹੈ ਦੇਸ਼ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਫਸ ਗਿਆ ਅਸੀਂ ਵਿਕਾਸ ਦੇ ਲਈ ਤਰਸਦੇ ਰਹੇ ਸੋ ਉਸ ਤੋਂ ਬਾਅਦ ਜੀ ਅੱਜ ਵੀ ਵਿਕਾਸ ਦੇ ਰਸਤੇ ਤੇ ਚੱਲ ਰਹੇ ਹਾਂ ਸਾਡੇ ਕੋਲੇ ਸਾਧਨ ਹੈ ਸਮਰੱਥ ਹੈ ਟੈਲੈਂਟ ਹੈ ਅਸੀਂ ਬਿਹਤਰ ਪ੍ਰੋਡਕਟ ਬਣਾਵਾਂਗੇ ਸਪਲਾਈ ਚੇਨ ਨੂੰ ਅਦਨਿਕ ਕਰਾਂਗੇ ਤੇ ਮੈਂ ਕੱਚ ਦੇ ਪੁਚਾਲ ਦੀਆਂ ਕੁਝ ਤਸਵੀਰਾਂ ਆਪਣੀਆਂ ਅੱਖਾਂ ਦੇ ਨਾਲ ਵੇਖੀਆਂ ਹਨ ਪਰ ਵੇਖਦੇ ਹੀ ਸਭ ਕੁਝ ਠੀਕ ਹੋ ਗਿਆ ਸੋ ਉਸ ਤੋਂ ਬਾਅਦ ਜੀ ਦੋਸਤੋ ਨਿਊਜ਼ ਏਜੰਸੀ ਦੇ ਅਨੁਸਾਰ ਇਸ ਬੈਠਕ ਦੇ ਵਿੱਚ ਲਾਕਡਾਊਨ 2 ਲਾਕਡਾਊਨ 1 ਦੇ ਵਿੱਚ ਗਏ ਲਏ ਫੈਸਲਿਆਂ ਦੀ ਲੋੜ ਨਹੀਂ ਤੇ ਲਾਕਡਾਊਨ 2 ਦੇ ਵਿੱਚ ਚੁੱਕੇ ਗਏ ਕਦਮਾਂ ਨੂੰ ਲਾਕਡਾਊਨ 3 ਦੇ ਵਿੱਚ ਨਹੀਂ ਸੀ ਇਸੇ ਤਰ੍ਹਾਂ ਹੀ 4 ਦੇ ਵਿੱਚ ਤਿੰਨ ਵਰਗੇ ਫੈਸਲਿਆਂ ਦੀ ਲੋੜ ਨਹੀਂ ਹੋਵੇਗੀ ਸੋ ਰਾਤ ਹੋਈ ਮੀਟਿੰਗ ਦੇ ਵਿੱਚ ਜਿਹੜਾ ਮੋਦੀ ਸਾਹਮਣੇ ਰਾਸ਼ਟਰ ਨੂੰ ਸੰਬੋਧਨ ਕੀਤਾ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਕਿ ਲਾਕਡਾਊਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ 15 ਤਰੀਕ ਦੇ ਤੱਕ ਅਸੀਂ ਇਸ ਤੇ ਦੁਬਾਰਾ ਫੈਸਲਾ ਕਰਾਂਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਨਵੇਂ ਨਿਯਮਾਂ ਦੇ ਨਾਲ ਲਾਗੂ ਹੋਵੇਗਾ ਲਾਕਡਾਊਨ 400 ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇਸ ਵੇਲੇ ਦੀ ਕੋਰੋਨਾ ਵਾਇਰਸ ਦੀ ਲੜਾਈ 'ਚੋਂ ਮੋਦੀ ਨੇ ਕਿਹਾ ਕਿ ਇੱਕਵੀਂ ਸਦੀ ਭਾਰਤ ਦੀ ਹੋਵੇਗੀ ਇਹ ਸਾਡਾ ਸੁਪਨਾ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਇਹ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦੀ ਮੰਗ ਇੱਕ ਸਵੈ ਨਿਰਪਰ ਭਾਰਤ ਕਰੋਨਾ ਸੰਕਟ ਦੇ ਵਿਚਕਾਰ ਮੋਦੀ ਨੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੀ ਵੀ ਘੋਸ਼ਣਾ ਕੀਤੀ ਆ ਸੋ ਦੇਸ਼ 'ਚ ਲਾਗੂ ਹੋ ਜਾਵੇਗਾ ਜੀ ਲਾਕਡਾਊਨ 400 ਸੀ ਆਪਣਾ ਪੀਐਮ ਸਾਹਿਬ ਨੇ ਇਸ਼ਾਰਾ ਦੇ ਦਿੱਤਾ ਹੈ ਜੀ ਲਾਗੂ ਡਾਊਨ ਲਾਕਡਾਊਨ ਜਿਹੜਾ 4 ਉਹ ਲਾਗੂ ਹੋਵੇਗਾ ਤੇ ਇਹ ਜਾਣਕਾਰੀ ਆ ਜਿਹੜੀ ਉਹ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਜੀ कोरोना वायरस ਦੇ ਸਬੰਧਿਤ ਦੇਸ਼ ਨੂੰ ਆਪਣੇ ਪੰਜਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੇ ਪੜਾਅ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਜੀ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਇਹ ਜਾਣਕਾਰੀ ਆ ਜੀ 18 ਮਈ ਤੋਂ ਜਿਹੜੀ ਪਹਿਲਾਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਇਸ ਲੋਕਡਾਊਨ ਦੇ ਵਿੱਚ ਨਵੇਂ ਨਿਯਮ ਲਾਗੂ ਹੋਣਗੇ ਤੇ ਇਹੀ ਜਿਹੜਾ ਲੋਕਡਾਊਨ ਆ ਜੀ ਚੌਥਾ ਪੜਾਅ ਲੋਕਡਾਊਨ ਦੇ ਨਵੇਂ ਨਿਯਮਾਂ ਦੇ ਨਾਲ ਪੂਰੀ ਤਰ੍ਹਾਂ ਨਵੇਂ ਸਿਰਿਓਂ ਤਿਆਰ ਕੀਤਾ ਜਾਵੇਗਾ ਤੇ ਸੂਬਿਆਂ ਤੋਂ ਮਿਲ ਰਹੇ ਸੁਝਾਵਾਂ ਦੇ ਆਧਾਰ ਤੇ ਲਾਕਡਾਊਨ 4 ਦੇ ਨਾਲ ਸੰਬੰਧਿਤ ਜਾਣਕਾਰੀਆਂ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ ਜੀ ਇਸ ਵੇਲੇ ਹੁਣ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਹੋਰ ਜਿਹੜਾ ਲਾਕਡਾਊਨ ਆ ਉਹ 18 ਮਈ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਲੱਗਣ ਜਾ ਰਿਹਾ ਹੈ ਸੋ 17 ਮਈ ਨੂੰ ਜਿਹੜਾ ਲਾਕਡਾਊਨ 3 ਦਾ ਆਖਰੀ ਦਿਨ ਹੈ ਤੇ ਇਸ ਦੇਸ਼ ਵਿਆਪੀ ਲਾਕਡਾਊਨ ਨੂੰ 25 ਮਾਰਚ ਤੋਂ ਜਿਹੜਾ ਲਾਗੂ ਕੀਤਾ ਹੋਇਆ ਜੀ ਦੂਜਾ ਪੜਾ 3 ਮਈ ਨੂੰ ਖਤਮ ਹੋਇਆ ਸੀ ਪਹਿਲਾ ਪੜਾ 14 ਅਪ੍ਰੈਲ ਨੂੰ ਖਤਮ ਹੋਇਆ ਸੀ ਤੇ ਹੁਣ ਤੀਜਾ ਪੜਾ ਜਿਹੜਾ ਉਹ 18 ਮਈ ਨੂੰ ਖਤਮ ਹੋਣ ਜਾ ਰਿਹਾ ਉਸ ਤੋਂ ਬਾਅਦ ਚੌਥਾ ਪੜਾ ਆ ਰਿਹਾ ਉਹ ਵੇਖੋ ਕਦੋਂ ਖਤਮ ਹੁੰਦਾ ਸੋ ਦੇਸ਼ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨਮੋਦੀ ਨੇ 2 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਵੀ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਪੈਕੇਜ ਭਾਰਤ ਦੇ ਕੁੱਲ ਕਰੇਲੂ ਉਤਪਾਦਾਂ ਦਾ 10% ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵਧੀਆ-ਵਧੀਆ ਖਬਰਾਂ ਲੈ ਕੇ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਆਪਣਾ ਕੀਮਤੀ ਸਮਾਂ ਦੇ ਕੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ